ਜ਼ੁਲਮ ਹੋਇਆ ਉਹਨਾਂ ਕਿਸਾਨਾਂ 'ਤੇ, ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਹੋਣ, ਤਾਂ ਕੀ ਉਹਨਾਂ 'ਤੇ ਹੁਣ SKM ਉਹਨਾਂ ਦੇ ਨਾਲ ਮਿਲੂਗਾ, ਉੱਥੇ ਜਾਊਗਾ, ਅੱਗੇ ਗੱਲਬਾਤ ਦਾ ਕੋਈ ਡੱਲਿਆਲ ਦੇ ਨਾਲ ਕੋਈ ਇਰਾਦਾ ਹੈ? 6 ਮੈਂਬਰੀ ਕਮੇਟੀ ਅਸੀਂ ਫੇਰ ਬਣਾ ਦਿੱਤੀ, ਭਾਵੇਂ ਪਹਿਲੀ ਕਮੇਟੀ ਨਾਲ ਵੀ ਉਹਨੇ ਗੱਲ ਨਹੀਂ ਸੀ ਕਰੀ। ਅਸੀਂ ਇਸ ਜ਼ੁਲਮ ਨੂੰ ਦੇਖ ਕੇ ਅੱਜ ਫੇਰ 6 ਮੈਂਬਰੀ ਕਮੇਟੀ ਬਣਾ ਦਿੱਤੀ ਵੀ ਇਸ ਮੁੱਦੇ 'ਤੇ ਉਹਨਾਂ ਨਾਲ ਗੱਲਬਾਤ ਕਰਨੀ। ਜਿੱਦਣ ਇਹ ਫੁੱਟ ਵੀ ਪਈ ਆ, ਅੱਡੋ ਅੱਡ ਹੋਇਆ, ਦੋ ਫਰੰਟ ਬਣੇ ਨੇ। ਮੈਂ ਉੱਦਣ ਵੀ ਜਾ ਕੇ ਡੱਲੇਵਾਲ ਸਾਹਿਬ ਦੇ ਮੂਹਰੇ ਜਾ ਕੇ ਇੱਦਾਂ ਝੋਲੀ ਅੱਡੀ ਸੀ ਬਰਨਾਲੇ ਤਰਕਸ਼ੀਲ ਭਵਨ ਦੇ ਵਿੱਚ, ਮੈਂ ਕਿਹਾ ਵੀਰ ਮੇਰੇ ਉਹ ਕੋਈ ਨਹੀਂ, ਜੇ ਉਹ ਗਲਤੀ ਕਰ ਗਏ ਆਪਾਂ ਇਹਨੂੰ ਸੁਲਝਾਵਾਂਗੇ, ਆਪਾਂ ਇਕੱਠੇ ਫਿਰ ਬੈਠਾਂਗੇ, ਤੁਸੀਂ ਅੱਡ ਮੀਟਿੰਗ ਨਾ ਕਰੋ, ਆਪਾਂ ਇਹ ਮਸਲੇ ਨੂੰ ਫਿਰ ਹੱਲ ਕਰਾਂਗੇ, ਘਰ ਦਾ ਮਸਲਾ ਹੈ। ਪਰ ਮੇਰੀ ਉਹਨਾਂ ਨੇ ਸੁਣੀ ਨਹੀਂ ਸੀ। ਕੀ ਕਹਿੰਦੇ ਰਹੇ ਡੱਲੇਵਾਲ ਜਦੋਂ ਤੁਸੀਂ ਕਿਹਾ ਵੀ 3 ਕਮੇਟੀਆਂ ਬਣੀਆਂ, ਤੁਸੀਂ ਵੀ ਤੁਸੀਂ ਕਿਹਾ ਕਿ ਬਰਨਾਲੇ ਮੈਂ ਜਾ ਕੇ ਡੱਲੇਵਾਲ ਅੱਗੇ ਝੋਲੀ ਅੱਡੀ ਵੀ ਕਿਹਾ, ਉਹ ਇਕੱਠੇ ਹੋਈਏ, ਲੜੀਏ, ਜੁੜ ਕੇ ਲੜੀਏ, ਦੁਬਾਰਾ ਸੰਘਰਸ਼ ਵਿੱਢੀਏ, ਤਾਂ ਕੀ ਕਹਿੰਦੇ ਰਹੇ ਡੱਲੇਵਾਲ ਜਦੋਂ ਤੁਸੀਂ ਜਾ ਕੇ ਝੋਲੀ ਅੱਡੀ? ਕਿਹਾ ਹੀ ਨਹੀਂ ਕੁਛ, ਪੈ ਨਹੀਂ ਪੈਣਾ ਕੁੱਤਿਆਂ ਦੇ ਰੌਲੇ 'ਚ, ਲੰਘ ਗਿਆ ਮਨਜੀਤ ਨੇਰ ਦਾ, ਤਾਂ ਕੁਛ ਕਿਹਾ ਹੀ ਨਹੀਂ, ਸੋਚਾਂਗੇ ਕਿ ਨਾ ਸੋਚਾਂਗੇ, ਮੈਂ 2 ਮਿੰਟ ਖੜ੍ਹ ਕੇ ਮੁੜਿਆ ਆ। ਕੀ ਲੱਗਦਾ ਐਟੀਟਿਊਡ ਕਿਉਂ ਆ ਡੱਲੇਵਾਲ 'ਚ, ਕਿਉਂ ਵੱਖ ਹੋ ਕੇ ਹੀ ਕਿਉਂ ਚੱਲਣਾ ਚਾਹੁੰਦੇ ਨੇ? ਮੈਂ ਨਹੀਂ ਕਹਿ ਸਕਦਾ, ਇਹ ਤਾਂ ਉਹਦਾ ਮਨ ਹੀ ਰਾਮ ਆ, ਕੀ ਕਹਿ ਸਕਦਾ ਨਾ, ਤਰ੍ਹਾਂ ਤਰ੍ਹਾਂ ਦੇ ਲੋਕ ਆ, ਉਹਦੇ ਮਨ 'ਚ ਕੀ ਆ ਉਹਦਾ। ਲੱਗਦਾ ਜੇ ਪਹਿਲੀਆਂ ਮੀਟਿੰਗਾਂ ਦਾ ਡੱਲੇਵਾਲ ਨਾਲ ਕੋਈ ਅਸਰ ਨਹੀਂ ਹੋਇਆ, ਹੁਣ ਜਿਹੜੀ 6 ਮੈਂਬਰੀ ਕਮੇਟੀ ਬਣਾਈ ਇਹਦਾ ਅਸਰ ਡੱਲੇਵਾਲ 'ਤੇ ਹੋਜੂ? ਫਰਜ਼ ਬਣਦਾ ਸਾਡਾ ਵੀ ਸਾਂਝੀ, ਮਤਲਬ ਸਾਂਝੀਵਾਲਤਾ ਦਾ, ਮਤਲਬ ਹੱਥ ਵਧਾਇਆ ਸੀ, ਸਾਡਾ ਫਰਜ਼ ਬਣਦਾ, ਬਣੂ ਨਾ ਬਣੂ ਉਹ ਗਾਹਾਂ ਦੀ ਗੱਲ। ਖਨੌਰੀ ਜਦੋਂ ਕੱਲ੍ਹ ਇਹ ਜ਼ਬਰ ਹੋਇਆ, ਜਦੋਂ ਮੁੰਡਿਆਂ 'ਤੇ ਹਮਲਾ ਹੋਇਆ ਕਿਸਾਨਾਂ 'ਤੇ, ਨੌਜਵਾਨਾਂ 'ਤੇ, ਤਾਂ ਉਦੋਂ ਬਹੁਤ ਸਾਰੇ ਨੌਜਵਾਨ ਇਹ ਸਵਾਲ ਕਰ ਰਹੇ ਸੀ ਕਿ ਸਾਨੂੰ ਲੀਡਰਸ਼ਿਪ ਨੇ ਇਕੱਲਿਆਂ ਛੱਡਤਾ, ਸਾਰੀ ਲੀਡਰਸ਼ਿਪ ਸ਼ੰਭੂ ਜਾ ਕੇ ਬੈਠ ਗਈ ਅਤੇ ਇੱਥੇ ਮਰਨ ਲਈ ਮੁੰਡਿਆਂ ਨੂੰ ਇਕੱਲਾ ਛੱਡਤਾ, ਇਹਦੇ ਬਾਰੇ ਕੀ ਕਹੋਗੇ? ਜਿੱਡਾ ਥੱਲੇ ਗਰਾਊਂਡ ਚਾਹੀਦਾ ਸੀ ਸਾਨੂੰ, ਜਿੰਨੇ ਆਗੂ ਚਾਹੀਦੇ ਸੀ, ਜਿੰਨੀਆਂ ਜਥੇਬੰਦੀਆਂ ਚਾਹੀਦੀਆਂ ਸੀ, ਉਹ ਤਿਆਰ ਨਹੀਂ ਕਰੀਆਂ, ਆਪਾਂ ਕਾਹਲੀ ਕਰਕੇ, ਉਦੋਂ ਏਕਤਾ ਵਾਲਾ ਪ੍ਰੋਸੈਸ ਵਧਾ ਕੇ ਫਿਰ ਜਾਬਰਾਂ ਨਾਲ ਮੱਥਾ ਲਾਇਆ ਜਾ ਸਕਦਾ, ਫਿਰ ਮੁੰਡੇ ਹੀ ਦੱਸੀ ਜਾਂਦੇ ਤੁਹਾਨੂੰ ਲੀਡਰਸ਼ਿਪ 'ਚ ਘਾਟਤਾ ਰਹੀ ਆ ਨਾ। ਲੱਗਦਾ ਉਹ ਪੂਰੀ ਤਿਆਰੀ ਨਹੀਂ ਹੋਈ, ਲੀਡਰਸ਼ਿਪ ਦੀ ਘਾਟ ਸੀ, ਇਸੇ ਕਰਕੇ ਨੁਕਸਾਨ ਹੋ ਗਿਆ ਕਿ ਡੱਲੇਵਾਲ ਕਾਹਲੀ ਕਰ ਗਏ ਅਤੇ ਇਕੱਲੇ ਮਹਾਰਤਾ ਜਿਹੜੀ ਉੱਥੇ ਫੈਲ ਗਈ, ਜੇ ਆਗੂ ਉੱਥੇ ਹੁੰਦੇ ਤਾਂ ਆਪ ਮਹਾਰਤਾ ਨਹੀਂ ਸੀ। ਪੰਜਾਬ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? 10 ਦਿਨ ਲਗਾਤਾਰ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ, ਜਦਕਿ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਸੀ, 10 ਦਿਨ ਲਗਾਤਾਰ ਡਰੋਨ ਆ ਕੇ ਕਿਸਾਨਾਂ 'ਤੇ ਹਮਲੇ ਕਰਦਾ ਰਿਹਾ, ਗੋਲੇ ਸਿੱਟਦਾ ਰਿਹਾ। ਪੰਜਾਬ ਸਰਕਾਰ ਨੂੰ ਪਹਿਲੇ ਦਿਨ ਹੀ ਚਾਹੀਦਾ ਸੀ, ਜਿਹੜੇ ਅਥਰੂ ਗੈਸ ਦੇ ਗੋਲੇ ਪੰਜਾਬ 'ਚ ਆ ਕੇ ਡਿੱਗਦੇ ਸੀ, ਉਹਦਾ ਵਿਰੋਧ ਕਰਨਾ ਚਾਹੀਦਾ ਸੀ। ਉਹ ਇਹਨਾਂ ਨੇ ਚਿੱਠੀ ਲਿਖੀ ਸੀ, ਕਹਿਣ ਹੁਣ ਵੀ ਕਹਿਣਗੇ ਚਿੱਠੀ ਲਿਖਤੀ, ਚਿੱਠੀ ਲਿਖ ਦੇਣੀ ਕੋਈ ਖਾਸ ਨਹੀਂ, ਜੇ ਤਾਂ ਚਿੱਠੀ ਲਿਖੀ ਤਾਂ ਬੰਦ ਹੋ ਗਏ ਸੀ, ਫਿਰ ਤਾਂ ਨਹੀਂ, ਤਾਂ ਫਿਰ ਇਹ ਕਿਹੜਾ ਉਹਨਾਂ ਦੇ ਸਿੱਟ ਨਹੀਂ ਸੀ ਸਕਦੇ, ਸਿੱਟਣੇ ਚਾਹੀਦੇ, ਇੱਧਰੋਂ ਆਪੇ ਬੰਦ ਹੋ ਜਾਂਦੇ, ਕਰਨਾ ਚਾਹੀਦਾ ਸੀ, ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਨੌਜਵਾਨ ਸ਼ਹੀਦ ਹੋਇਆ ਜਾਂ ਕਿਸਾਨਾਂ ਦੇ ਟਰੈਕਟਰਾਂ ਦਾ ਨੁਕਸਾਨ ਹੋਇਆ ਜਾਂ ਕਿਸਾਨ ਜ਼ਖਮੀ ਹੋਏ, ਤਾਂ ਇਹਦੇ ਵਿੱਚ ਉਹ ਜਿਨ੍ਹਾਂ ਨੇ ਤਾਂ ਬਾਹਰੋਂ ਆ ਕੇ ਹਮਲਾਵਰਾਂ ਨੇ ਕਰਨਾ ਸੀ ਉਹਨਾਂ ਨੇ ਤਾਂ ਕਰਤਾ, ਪਰ ਪੰਜਾਬ ਸਰਕਾਰ, ਪੰਜਾਬ ਪੁਲਿਸ ਰੋਕਣ ਦੇ ਵਿੱਚ ਉਹਨਾਂ ਨੂੰ ਨਾਕਾਮ ਰਹੀ ਆ, ਤਾਂ ਇਹਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਤੁਹਾਡਾ ਕੀ ਐਕਸ਼ਨ ਰਹੂਗਾ? ਤੁਸੀਂ ਜੁੜੇ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਗਗਨਦੀਪ ਰਟੋਲ। ਪਿਛਲੇ ਦਿਨੀ ਖਨੌਰੀ ਬਾਰਡਰ 'ਤੇ ਹਰਿਆਣਾ ਦੀ ਪੁਲਿਸ ਵੱਲੋਂ ਕਿਸਾਨਾਂ 'ਤੇ ਜ਼ਬਰ ਕੀਤਾ ਗਿਆ ਅਤੇ ਉਸ ਤੋਂ ਬਾਅਦ SKM ਨੇ ਤੁਰੰਤ ਇੱਕ ਮੀਟਿੰਗ ਕੀਤੀ ਅਤੇ ਉਸਦੇ ਵਿੱਚ ਕੀ ਫੈਸਲੇ ਹੋਏ ਨੇ, SKM ਕੀ ਕਰਨ ਜਾ ਰਿਹਾ ਇਸ 'ਤੇ, ਕੀ ਐਕਸ਼ਨ ਲਵੇਗਾ, ਗੱਲਬਾਤ ਕਰਦੇ ਹਾਂ ਮਨਜੀਤ ਸਿੰਘ ਧਰੇਰ ਮੇਰੇ ਨਾਲ। ਸਵਾਗਤ ਹੈ ਜੀ ਅੱਖਰ ਦੇ ਤੁਹਾਡਾ। ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਕੱਲ੍ਹ ਜ਼ਬਰ ਹੋਇਆ ਕਿਸਾਨਾਂ 'ਤੇ ਖਨੌਰੀ ਬਾਰਡਰ 'ਤੇ, ਪਹਿਲਾਂ ਤਾਂ ਉਹ 'ਤੇ ਤੁਹਾਡੀ ਕੀ ਟਿੱਪਣੀ ਆ? ਸਾਡੀ ਟਿੱਪਣੀ ਮੈਨੂੰ ਲੱਗਦਾ ਮੈਨੂੰ ਪੁੱਛਣੀ ਨਹੀਂ ਚਾਹੀਦੀ, ਸਾਡੀ ਉਹੀ ਹੁੰਦੀ ਆ ਜਿਹੜੀ ਜ਼ਬਰ ਦੇ ਖਿਲਾਫ਼ ਹੁੰਦੀ ਆ, ਬਹੁਤ ਭੈੜਾ। ਮੈਂ ਕਹੂੰਗਾ ਇਕੱਲਾ ਸਰਕਾਰੀ ਨਹੀਂ, ਪੁਲਿਸ ਵੱਲੋਂ ਜ਼ਬਰ ਨਹੀਂ, RSS ਵੱਲੋਂ ਵੀ ਜ਼ਬਰ ਕੀਤਾ ਗਿਆ, ਜਿਹੜੀ ਫਾਂਸੀਵਾਦੀ ਹਕੂਮਤ ਦੀ ਸੋਚ ਆ ਉਹ ਲਾਗੂ ਕੀਤੀ ਗਈ ਆ ਉੱਥੇ। ਅਤੇ ਉਸ 'ਤੇ ਫਿਰ SKM ਦੇ ਅੱਗੇ ਕੀ ਪ੍ਰੋਗਰਾਮ ਨੇ ਉਹਦੇ ਖਿਲਾਫ਼? ਉਹਦੇ ਖਿਲਾਫ਼ ਕੱਲ੍ਹ ਦਾ ਤਾਂ ਮਤਲਬ ਜਿਹੜਾ ਹੈਗਾ ਅਰਥੀਆਂ ਫੂਕਣ ਦਾ ਦਿੱਤਾ ਰੋਸ ਵਜੋਂ, ਭਾਰਤ ਪੱਧਰ 'ਤੇ ਰੋਸ,
ਮੋਦੀ ਹਕੂਮਤ ਦੇ ਖਿਲਾਫ਼ ਰੋਸ ਪੈਦਾ ਕਰਨ ਦਾ ਜਿਹੜਾ ਕੱਲ੍ਹ ਦਾ ਦਿੱਤਾ ਅਤੇ ਉਸ ਪਰਿਵਾਰ ਨਾਲ ਯਕਜਹਿਮਤੀ ਪ੍ਰਗਟ ਕੀਤੀ ਹੈ। ਦੂਜੀ ਗੱਲ ਹੈਗੀ ਇਹ ਵੀ ਅਗਲੀਆਂ ਮੰਗਾਂ ਤੁਸੀਂ ਮੈਨੂੰ ਪੁੱਛਦੇ ਹੋ, ਅਗਲੀਆਂ ਮੰਗਾਂ ਤੋਂ ਮੈਨੂੰ ਉਦੋਂ ਦੇ ਆ ਤੇਰੇ ਮਿੱਤਰ ਹੀ ਘੇਰੀ ਬੈਠੇ ਆ, ਮੈਨੂੰ ਸਾਰੀਆਂ ਮੰਗਾਂ ਦਾ ਨਹੀਂ ਪਤਾ। ਊਂ ਐਂ ਲੱਗਿਆ ਇੱਕ ਦਿੱਲੀ 'ਚ ਪ੍ਰੋਗਰਾਮ ਰੱਖਿਆ 14 ਤਰੀਕ ਦਾ, ਇੱਕ 26 ਫਰਵਰੀ ਦਾ ਹੈਗਾ ਟਰੈਕਟਰਾਂ ਦਾ ਪ੍ਰੋਟੈਸਟ, ਟਰੈਕਟਰ ਸੜਕਾਂ 'ਤੇ ਖੜਾਉਣੇ ਆ, ਲਿਆ ਕੇ ਦਿਖਾਉਣੇ ਆ, ਕੋਈ ਮਾਰਚ ਨਹੀਂ ਹੈ ਉਹ। ਕਈ ਵਾਰੀ ਮਤਲਬ ਇੱਕ ਪੱਤਰਕਾਰ ਮੈਨੂੰ ਐਂ ਵਿਚਾਰਾ ਜੀ ਦੀ ਗਿਆ, ਮੈਂ ਮਾਰਚ ਅਸੀਂ ਤਾਂ ਰੱਖਿਆ ਹੀ ਨਹੀਂ, ਮਾਰਚ ਹੁੰਦਾ ਤੋਰ ਕਿਲ ਜਾਣੇ, ਇਹ ਟਰੈਕਟਰ ਲਿਆ ਕੇ ਬਸ ਸੜਕ 'ਤੇ ਖੜ੍ਹੇ ਕਰ ਦੇਣੇ ਆ। ਤਾਂ ਧਨੇਰ ਸਾਹਿਬ ਪੁਤਲੇ ਫੁੱਕਣੇ, ਟਰੈਕਟਰ ਲਿਆ ਕੇ ਸੜਕਾਂ 'ਤੇ ਖੜ੍ਹੇ ਕਰ ਦੇਣੇ, ਕੀ ਇਹ ਪ੍ਰੋਗਰਾਮ ਕਾਫੀ ਆ ਉਹ ਪ੍ਰੈਸ਼ਰ ਬਿਲਡ ਕਰਨ ਦੇ ਲਈ, ਅਤੇ ਜਿੰਨਾ ਜ਼ਬਰ ਉਹਨਾਂ ਨੇ ਕੀਤਾ? ਦੇਖੋ ਜ਼ਬਰ ਦੇ ਖਿਲਾਫ਼ ਆ ਇਹ, ਜ਼ਬਰ ਦੇ ਖਿਲਾਫ਼ ਪ੍ਰੋਟੈਸਟ ਹੀ ਕਰ ਸਕਦੇ, ਹੁਣ ਆਪਾਂ ਸਰਕਾਰ ਦੇ ਖਿਲਾਫ਼ ਬੰਦੂਕਾਂ ਚੱਕ ਕੇ ਤਾਂ ਲੜ ਨਹੀਂ ਸਕਦੇ, ਹੈ ਨਾ? ਇਹ ਅਸੀਂ ਸਾਡੇ ਦਿਲੋਂ ਮਤਲਬ ਵਿਰੋਧ ਹੈ, ਇਦੂ ਗਾਹਾਂ ਜੇ ਨਹੀਂ ਉਹ ਰੁਕਦੇ ਤਾਂ ਫਿਰ ਸਾਨੂੰ ਵੀ ਦੁਬਾਰੇ ਸੋਚਣਾ ਪਊ ਜ਼ਬਰ ਦਾ ਟਾਕਰਾ ਕਿਵੇਂ ਕਰਨਾ। ਤੁਸੀਂ PC ਦੇ ਵਿੱਚ ਖੱਟਰ ਸਰਕਾਰ ਅਤੇ ਤੁਸੀਂ ਉਹਨਾਂ ਦੀ ਨਿੰਦਾ ਕੀਤੀ, ਕਿਸੇ ਕੇਂਦਰ ਸਰਕਾਰ ਦੀ ਕੀਤੀ, ਪੰਜਾਬ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? 10 ਦਿਨ ਲਗਾਤਾਰ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ, ਜਦਕਿ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਸੀ, 10 ਦਿਨ ਲਗਾਤਾਰ ਡਰੋਨ ਆ ਕੇ ਕਿਸਾਨਾਂ 'ਤੇ ਹਮਲੇ ਕਰਦਾ ਰਿਹਾ, ਗੋਲੇ ਸਿੱਟਦਾ ਰਿਹਾ, ਅਤੇ ਉਸ ਤੋਂ ਬਾਅਦ ਕੱਲ੍ਹ ਜਿਸ ਤਰੀਕੇ ਜਿਹੜੀਆਂ ਕੇਂਦਰੀ ਸੁਰੱਖਿਆ ਫੋਰਸ ਸੀਗੀਆਂ ਉੱਥੇ ਅਤੇ ਹਰਿਆਣੇ ਦੀ ਪੁਲਿਸ ਆ ਕੇ ਕਿੰਨੇ ਬਰੂਟਲ ਤਰੀਕੇ ਦੇ ਨਾਲ ਕਿਸਾਨਾਂ ਦੇ ਟਰੈਕਟਰ ਭੰਨੇ, ਤਾਂ ਇਹਦੇ ਵਿੱਚ ਪੰਜਾਬ ਸਰਕਾਰ ਦਾ ਰੋਲ ਤੁਸੀਂ ਕਿਵੇਂ ਦੇਖਦੇ ਹੋ, ਉਹ ਕੀ ਰਹਿ ਜਾਂਦਾ? ਦੇਖੋ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਹੀ ਚਾਹੀਦਾ ਸੀ, ਜਿਹੜੇ ਅਥਰੂ ਗੈਸ ਦੇ ਗੋਲੇ ਪੰਜਾਬ 'ਚ ਆ ਕੇ ਡਿੱਗਦੇ ਸੀ ਉਹਦਾ ਵਿਰੋਧ ਕਰਨਾ ਚਾਹੀਦਾ ਸੀ। ਉਹ ਇਹਨਾਂ ਨੇ ਚਿੱਠੀ ਲਿਖੀ ਸੀ, ਕਹਿਣ ਹੁਣ ਵੀ ਕਹਿਣਗੇ ਚਿੱਠੀ ਲਿਖਤੀ, ਚਿੱਠੀ ਲਿਖ ਦੇਣੀ ਕੋਈ ਖਾਸ ਨਹੀਂ, ਜੇ ਤਾਂ ਚਿੱਠੀ ਲਿਖੀ ਤੋਂ ਬੰਦ ਹੋ ਗਏ ਸੀ ਫਿਰ ਤਾਂ ਨਹੀਂ, ਤਾਂ ਫਿਰ ਇਹ ਕਿਹੜਾ ਉਹਨਾਂ ਦੇ ਸਿੱਟ ਨਹੀਂ ਸੀ ਸਕਦੇ, ਸਿੱਟਣੇ ਚਾਹੀਦੇ, ਇੱਧਰੋਂ ਆਪੇ ਬੰਦ ਹੋ ਜਾਂਦੇ, ਕਰਨਾ ਚਾਹੀਦਾ ਸੀ, ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਅਤੇ ਮੈਨੂੰ ਲੱਗਦਾ ਵੀ ਜਿਹੜੀ ਪੰਜਾਬ ਸਰਕਾਰ ਦੀ ਜਿੱਦਣ ਦਾ ਮੋਰਚਾ ਚੱਲਿਆ ਜ਼ਿੰਮੇਵਾਰੀ ਚਾਹੀਦੀ ਸੀ, ਉੱਧਰ ਪੂਰੇ ਨਹੀਂ ਉਤਰੇ। ਉਹਦੇ ਤੋਂ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ਼ ਵੀ ਕੋਈ ਐਕਸ਼ਨ ਕਰ ਰਹੇ ਹੋ, ਪੰਜਾਬ ਸਰਕਾਰ ਨੂੰ ਵੀ ਘੇਰ ਰਹੇ ਹੋ, ਕਿਉਂਕਿ ਇਹ ਲੋਕ ਇਹ ਮੰਨ ਰਹੇ ਨੇ ਵੀ ਬਹੁਤ ਜ਼ਿਆਦਾ ਇਸ ਦੇ ਵਿੱਚ ਜੇ ਕੋਈ ਕਿਸਾਨ ਨੌਜਵਾਨ ਸ਼ਹੀਦ ਹੋਇਆ ਜਾਂ ਕਿਸਾਨਾਂ ਦੇ ਟਰੈਕਟਰਾਂ ਦਾ ਨੁਕਸਾਨ ਹੋਇਆ ਜਾਂ ਕਿਸਾਨ ਜ਼ਖਮੀ ਹੋਏ, ਤਾਂ ਇਹਦੇ ਵਿੱਚ ਉਹ ਜਿਨ੍ਹਾਂ ਨੇ ਤਾਂ ਬਾਹਰੋਂ ਆ ਕੇ ਹਮਲਾਵਰਾਂ ਨੇ ਕਰਨਾ ਸੀ ਉਹਨਾਂ ਨੇ ਤਾਂ ਕਰਤਾ, ਪਰ ਪੰਜਾਬ ਸਰਕਾਰ, ਪੰਜਾਬ ਪੁਲਿਸ ਰੋਕਣ ਦੇ ਵਿੱਚ ਉਹਨਾਂ ਨੂੰ ਨਾਕਾਮ ਰਹੀ ਆ, ਤਾਂ ਇਹਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਤੁਹਾਡਾ ਕੀ ਐਕਸ਼ਨ ਰਹੂਗਾ? ਨਹੀਂ, ਨਾਕਾਮ ਤਾਂ ਤਾਂ ਗਈ ਨੇ, ਪੰਜਾਬ ਪੁਲਿਸ ਰੋਕਣ ਗਈ ਹੋਵੇ ਉੱਥੇ, ਅੱਜ ਤੱਕ ਕਹਾਂਗੇ ਉਹਨਾਂ ਦੇ ਮੂਕ ਦਰਸ਼ਕ ਸੀਗੀ, ਦਰਸ਼ਕ ਸੀ ਕਿਸੇ ਉੱਥੇ ਗਈ ਨਹੀਂ ਉਹਨਾਂ ਨੂੰ ਰੋਕਣ ਦਾ, ਅਸੀਂ ਕਹਿੰਦੇ ਬਹੁਤ ਵੱਡੀ ਗਲਤੀ ਆ ਪੰਜਾਬ ਸਰਕਾਰ ਦੀ, ਪੰਜਾਬ ਪੁਲਿਸ ਦੀ, ਉੱਥੇ ਰੋਕਣਾ ਚਾਹੀਦਾ ਸੀ ਉਹਨਾਂ ਨੂੰ। ਪਰ ਜੋ ਜ਼ੁਲਮ ਹੋਇਆ ਉਹਨਾਂ ਕਿਸਾਨਾਂ 'ਤੇ, ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਹੋਣ, ਤਾਂ ਕੀ ਉਹਨਾਂ 'ਤੇ ਹੁਣ SKM ਉਹਨਾਂ ਦੇ ਨਾਲ ਮਿਲੂਗਾ, ਉੱਥੇ ਜਾਊਗਾ, ਅੱਗੇ ਗੱਲਬਾਤ ਦਾ ਕੋਈ ਡੱਲਿਆਲ ਦੇ ਨਾਲ ਕੋਈ ਇਰਾਦਾ ਹੈ? ਹੁਣ ਵੀ ਅਸੀਂ ਕਮੇਟੀ ਬਣਾਈ, ਅੱਜ 6 ਮੈਂਬਰੀ ਕਮੇਟੀ ਅਸੀਂ ਫੇਰ ਬਣਾ ਦੀ, ਭਾਵੇਂ ਪਹਿਲੀਆਂ ਕਮੇਟੀ ਨਾਲ ਵੀ ਉਹਨੇ ਗੱਲ ਨਹੀਂ ਸੀ ਕਰੀ, ਅਸੀਂ ਇਸ ਜ਼ੁਲਮ ਨੂੰ ਦੇਖ ਕੇ ਅੱਜ ਫੇਰ 6 ਮੈਂਬਰੀ ਕਮੇਟੀ ਬਣਾ ਦੀ ਵੀ ਇਸ ਮੁੱਦੇ 'ਤੇ ਉਹਨਾਂ ਨਾਲ ਗੱਲਬਾਤ ਕਰਨੀ, ਗਾਹਾਂ ਗੱਲਬਾਤ ਕੀ ਚੱਲਦੀ ਆ ਉਹ ਕਮੇਟੀ ਦੱਸ ਸਕਦੀ। ਅੱਛਾ, ਤੁਸੀਂ ਕਿਹਾ ਵੀ ਪਹਿਲਾਂ ਵੀ ਕਮੇਟੀਆਂ ਬਣਾਈਆਂ ਸੀ, ਡੱਲਿਆਲ ਨੇ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ, ਪਹਿਲਾਂ ਵੀ ਕਮੇਟੀਆਂ ਉਹਨਾਂ ਨੂੰ ਅਪਰੋਚ ਕਰਦੀਆਂ ਰਹੀਆਂ ਨੇ? ਹਾਂ, ਕਰੀਆਂ ਨੇ, ਕਿਉਂਕਿ ਉਹ 32 ਜਥੇਬੰਦੀਆਂ ਦੇ ਵਿੱਚ ਸਾਡੀ ਇਹ ਗੱਲ ਰੜਕਦੀ ਸੀ। ਇੱਕ ਮੈਂ ਦੱਸਦਿਆਂ ਆਪਦੇ ਬਾਰੇ, ਜਿੱਦਣ ਇਹ ਫੁੱਟ ਵੀ ਪਈ ਆ, ਅੱਡੋ ਅੱਡ ਹੋਇਆ, ਦੋ ਫਰੰਟ ਬਣੇ ਨੇ, ਮੈਂ ਉੱਦਣ ਵੀ ਜਾ ਕੇ ਡੱਲਿਆਲ ਸਾਹਿਬ ਦੇ ਮੂਹਰੇ ਜਾ ਕੇ ਇੱਦਾਂ ਝੋਲੀ ਅੱਡੀ ਸੀ ਬਰਨਾਲੇ ਤਰਕਸ਼ੀਲ ਭਵਨ ਦੇ ਵਿੱਚ, ਮੈਂ ਕਿਹਾ ਵੀਰ ਮੇਰੇ ਉਹ ਕੋਈ ਨਹੀਂ, ਜੇ ਉਹ ਗਲਤੀ ਕਰ ਗਏ ਆਪਾਂ ਇਹਨੂੰ ਸੁਲਝਾਵਾਂਗੇ, ਆਪਾਂ ਇਕੱਠੇ ਫਿਰ ਬੈਠਾਂਗੇ, ਤੁਸੀਂ ਅੱਡ ਮੀਟਿੰਗ ਨਾ ਕਰੋ, ਆਪਾਂ ਇਹ ਮਸਲੇ ਨੂੰ ਫਿਰ ਹੱਲ ਕਰਾਂਗੇ, ਘਰ ਦਾ ਮਸਲਾ ਇਹ। ਪਰ ਮੇਰੀ ਉਹਨਾਂ ਨੇ ਸੁਣੀ ਨਹੀਂ ਸੀ, ਫਿਰ ਅਸੀਂ ਕੋਸ਼ਿਸ਼ ਕੀਤੀ 15-14 ਇਕੱਠੇ ਕਰ ਲਏ ਵੋਟਾਂ ਤੋਂ ਬਾਅਦ, ਜਦੋਂ ਹਾਰ ਗਏ ਹੌਲੀ ਹੌਲੀ ਕਰਦੇ ਕਰਦੇ ਅਸੀਂ 32 ਫਿਰ ਇਕੱਠੇ ਕੀਤੇ ਆ। 32 'ਚ ਫਿਰ ਸਾਡਾ ਸਿਰ ਦੁਖਦਾ ਵੀ ਜਿਹੜੇ 12,000 ਫਿਰ ਕਰੀਏ, ਫਿਰ ਅਸੀਂ 3 ਕਮੇਟੀਆਂ ਬਣਾਈਆਂ, ਇੱਕ ਰਾਜੇਵਾਲ ਸਾਹਿਬ ਕਰ ਚੁੱਕਾ ਸੀ, ਅਤੇ 4 ਮਹੀਨੇ ਜਿਹੜੇ ਇਹਨਾਂ ਨੂੰ ਸਜ਼ਾ ਦਿੱਤੀ ਸੀ 4 ਮਹੀਨੇ ਲਈ ਬਾਹਰ ਕੱਢੇ ਸੀ, ਉਹ ਪੂਰੇ ਹੋ ਗਏ ਸੀ। ਉਸ ਤੋਂ ਬਾਅਦ ਅਸੀਂ ਇਹ PED 'ਚ ਲਾਇਆ, PED 'ਚ ਲਾ ਕੇ ਰਾਜੇਵਾਲ ਨਾਲ ਸਾਡੀਆਂ 3 ਮੀਟਿੰਗਾਂ ਹੋਈਆਂ, 3 ਮੀਟਿੰਗਾਂ ਤੋਂ ਬਾਅਦ ਉਹ ਮਤਲਬ ਇਸ ਘੇਰੇ ਦੇ ਵਿੱਚ ਸ਼ਰਤਾਂ ਮੰਨ ਗਏ। ਪਹਿਲੀ ਰਾਜੇਵਾਲ ਰਾਜੇਵਾਲ ਸਾਹਿਬ ਨਾਲ ਹੋਈ, ਰਾਜੇਵਾਲ ਨਾਲ 3 ਮੀਟਿੰਗ ਸਾਡੀ ਗੱਲਬਾਤ ਸਿਰੇ ਚੜ੍ਹ ਗਈ, ਉਹ ਮੰਨ ਗਏ ਵੀ SKM ਦਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਰਹਾਂਗੇ, ਪਹਿਲਾਂ ਸੰਵਿਧਾਨ ਹੈ ਨਹੀਂ ਸੀ,
ਉਹਦੇ 'ਚ 9 ਸ਼ਰਤਾਂ ਨੇ ਉਹਨਾਂ ਨੂੰ ਮੰਨਿਆ, ਉਹਨਾਂ ਨੇ ਪਹਿਲੇ ਨੂੰ ਅਹਿਸਾਸ ਕੀਤਾ ਵੀ ਸਾਡੇ ਤੋਂ ਗਲਤ ਹੋਇਆ, ਅਤੇ ਦੂਜੀ ਸੀਗੀ ਇਹਨਾਂ ਨਾਲ ਆਪਣੇ ਸਰਵਣ ਪੰਧੇਰ ਨਾਲ, ਉਹਦੇ ਨਾਲ ਵੀ 2-3 ਮੀਟਿੰਗਾਂ ਹੋਈਆਂ। ਉੱਥੇ ਸਾਡੀ ਥੋੜ੍ਹੀ ਜਿਹੀ ਇਸ ਗੱਲ ਦਾ ਸੀਗਾ, ਅੱਜ ਵੀ ਖੜਾ ਉਹ ਵੀ ਜਿਹੜੀ 26 ਜਨਵਰੀ ਦੀਆਂ ਘਟਨਾਵਾਂ ਵਾਪਰੀਆਂ ਇਹ ਐਲਾਨ ਕਰਕੇ ਗਏ ਸੀ ਵੀ ਸਾਨੂੰ ਲਾਲ ਕਿਲੇ 'ਤੇ ਜਾਣਾ ਚਾਹੀਦਾ। ਸਾਡਾ ਇਹ ਸਵਾਲ ਸੀ ਉਹਨਾਂ 'ਤੇ ਵੀ ਸਾਨੂੰ, ਅਸੀਂ ਤਾਂ ਉਹਨੂੰ ਗਲਤ ਮੰਨਦੇ ਹਾਂ ਤਾਂ 1984 ਫੇਰ ਬਣ ਜਾਣੀ ਸੀ, ਵੀ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ। ਹਾਲਾਂਕਿ ਸਰਵਣ ਪੰਧੇਰ ਕਿਸੇ ਵੀਡੀਓ 'ਚ ਤਾਂ ਮੰਨਿਆ ਹੋਇਆ, ਉਦੋਂ ਥੋੜ੍ਹੇ ਚਿਰ ਬਾਅਦ ਵੀ ਹਾਂ ਸਾਡੇ ਤੋਂ ਗਲਤ ਹੋਇਆ, ਸਾਡੇ ਕੋਲ ਨਹੀਂ ਸੀ ਮੰਨਿਆ। ਚਲੋ ਮੰਨ ਜਾਂਦਾ ਉਹ, ਜੇ ਗੱਲਬਾਤ ਚੱਲਦੀ ਰਹਿੰਦੀ ਉਹ ਸਾਡੀ ਗੱਲਬਾਤ ਹੈ ਜੇ ਚਾਲੂ ਆ। ਅਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨਾਲ ਕਮੇਟੀ ਬਣੀ ਸੀ ਗੱਲ ਕਰਨ ਨੂੰ, ਉਹਨਾਂ ਨੇ ਆਕੇ ਰਿਪੋਰਟ ਦਿੱਤੀ ਸੀ ਵੀ ਉਹਨੇ ਸਮਾਂ ਨਹੀਂ ਦਿੱਤਾ ਸਾਨੂੰ ਗੱਲਬਾਤ ਕਰਨ ਲਈ। ਕੀ ਕਹਿੰਦੇ ਰਹੇ ਡੱਲਿਆਲ ਜਦੋਂ ਤੁਸੀਂ ਕਿਹਾ ਵੀ 3 ਕਮੇਟੀਆਂ ਬਣੀਆਂ, ਤੁਸੀਂ ਵੀ ਤੁਸੀਂ ਕਿਹਾ ਕਿ ਬਰਨਾਲੇ ਮੈਂ ਜਾ ਕੇ ਡੱਲਿਆਲ ਅੱਗੇ ਝੋਲੀ ਅੱਡੀ ਵੀ ਕਿਹਾ, ਉਹ ਇਕੱਠੇ ਹੋਈਏ ਲੜੀਏ, ਜੁੜ ਕੇ ਲੜੀਏ, ਦੁਬਾਰਾ ਸੰਘਰਸ਼ ਵਿੱਢੀਏ, ਤਾਂ ਕੀ ਕਹਿੰਦੇ ਰਹੇ ਡੱਲਿਆਲ ਜਦੋਂ ਤੁਸੀਂ ਜਾ ਕੇ ਝੋਲੀ ਅੱਡੀ? ਕਿਹਾ ਹੀ ਨਹੀਂ ਕੁਛ, ਪੈ ਨਹੀਂ ਪੈਣਾ ਕੁੱਤਿਆਂ ਦੇ ਰੌਲ 'ਚ ਲੰਘ ਗਿਆ ਮਨਜੀਤ ਨੇਰ ਦਾ, ਤਾਂ ਕੁਛ ਕਿਹਾ ਹੀ ਨਹੀਂ। ਸੋਚਾਂਗੇ ਕਿ ਨਾ ਸੋਚਾਂਗੇ, ਮੈਂ 2 ਮਿੰਟ ਖੜ ਕੇ ਆ ਮੁੜਿਆ ਆ ਉਹਨੂੰ ਹੁਣ ਇਹੀ ਕਹਿੰਦੇ ਹੁੰਦੇ ਸੀ ਦੇਸੀ ਜੱਟ ਵਿੱਚ ਐਵੇਂ ਤੋਂ ਮਾਦੀ ਭਾਸ਼ਾ ਬੋਲੀ ਗਈ, ਮੈਂ ਮਜਬੂਰੀ 'ਚ ਬੋਲਦਾ। ਸਾਡੇ ਪੁਰਾਣੇ ਜੱਟ ਕਹਿੰਦੇ ਹੁੰਦੇ ਸੀ ਜੇ ਗਰੀਬ ਜੱਟ ਕੋਈ ਕਹਿੰਦਾ ਸੀ ਨਾ, ਗਰੀਬ ਬੰਦਾ ਕਹਿੰਦਾ ਸੀ ਕਿਸੇ ਤਕੜੇ ਨੂੰ, ਉਹ ਬੋਲਦਾ ਨਹੀਂ ਸੁਣਦਾ ਨਹੀਂ ਸੀ, ਉਹ ਹੀ ਮੇਰੇ ਨਾਲ ਹੋ ਗਈ, ਕੋਈ ਨਹੀਂ ਸੁਣੀ ਕੁਛ, ਨਾ ਕਿਹਾ ਨਾ ਹਾਂ ਨਾ ਨਾ ਕੁਛ ਨਹੀਂ ਕਿਹਾ। ਕੀ ਲੱਗਦਾ ਫਿਰ ਇਹ ਐਟੀਟਿਊਡ ਕਿਉਂ? ਤੁਸੀਂ ਕਮੇਟੀਆਂ ਵੀ ਬਣਾਈਆਂ, 2 ਸਾਲ ਲਗਾਤਾਰ ਅਪਰੋਚ ਵੀ ਉਹਨਾਂ ਨੂੰ ਕਰਦੇ ਰਹੇ, ਕੀ ਲੱਗਦਾ ਇਹ ਐਟੀਟਿਊਡ ਕਿਉਂ ਆ ਡੱਲਿਆਲ 'ਚ, ਕਿਉਂ ਵੱਖ ਹੋ ਕੇ ਹੀ ਕਿਉਂ ਚੱਲਣਾ ਚਾਹੁੰਦੇ ਨੇ? ਦੇਖੇ ਮੈਂ ਨਹੀਂ ਕਹਿ ਸਕਦਾ, ਇਹ ਤਾਂ ਉਹਦਾ ਮਨ ਹੀ ਰਹਾ ਵਾਂ, ਕੀ ਕਹਿ ਸਕਦਾ ਨਾ, ਤਰ੍ਹਾਂ ਤਰ੍ਹਾਂ ਦੇ ਲੋਕ ਆ ਉਹਦੇ ਮਨ 'ਚ, ਕੀ ਉਹ ਤੁਹਾਡੇ ਸਾਥੀ ਰਹੇ ਆ ਸੰਘਰਸ਼ ਦੇ ਲੰਮੇ ਸਮੇਂ ਤੋਂ, ਤੁਸੀਂ ਮਿਲਦੇ ਰਹੇ ਹੋ, ਕੁਛ ਤੱਕ ਤਾਂ ਬੰਦੇ ਬਾਰੇ ਇੱਕ ਅੰਡਰਸਟੈਂਡਿੰਗ ਤਾਂ ਹੁੰਦੀ ਆ। ਨਾਲੇ ਨਹੀਂ ਨਾ ਮਿਲੇ, ਮੈਂ ਉਦੋਂ ਹੇਠਲੀਆਂ ਸਫਾ 'ਚ ਆਉਂਦਾ, ਮੈਂ ਆਗੂ ਸਫਾ 'ਚ ਨਹੀਂ ਸੀ, ਆਗੂ ਸਫਾ 'ਚ ਮਿਲਦੇ ਰਿਹਾ ਸਾਡੇ ਦੂਜੇ ਆਗੂ ਸੀ। ਲੱਗਦਾ ਜੇ ਪਹਿਲੀਆਂ ਮੀਟਿੰਗਾਂ ਦਾ ਡੱਲਿਆਲ ਨਾਲ ਕੋਈ ਅਸਰ ਨਹੀਂ ਹੋਇਆ, ਹੁਣ ਜਿਹੜੀ 6 ਮੈਂਬਰੀ ਕਮੇਟੀ ਬਣਾਈ ਇਹਦਾ ਅਸਰ ਡੱਲਿਆਲ 'ਤੇ ਹੋਜੂ? ਫਰਜ਼ ਬਣਦਾ ਸਾਡਾ ਵੀ ਸਾਂਝੀ, ਮਤਲਬ ਸਾਂਝੀਵਾਲਤਾ ਦਾ, ਮਤਲਬ ਹੱਥ ਵਧਾਇਆ ਸੀ, ਸਾਡਾ ਫਰਜ਼ ਬਣਦਾ, ਬਣੂ ਨਾ ਬਣੂ ਉਹ ਗਾਹਾਂ ਦੀ ਗੱਲ ਆ। ਇੱਕ ਸਵਾਲ ਬੜਾ ਹੋਰ ਆ, ਖਨੌਰੀ ਜਦੋਂ ਕੱਲ੍ਹ ਇਹ ਜ਼ਬਰ ਹੋਇਆ, ਜਦੋਂ ਮੁੰਡਿਆਂ 'ਤੇ ਹਮਲਾ ਹੋਇਆ ਕਿਸਾਨਾਂ 'ਤੇ, ਨੌਜਵਾਨਾਂ 'ਤੇ, ਤਾਂ ਉਦੋਂ ਬਹੁਤ ਸਾਰੇ ਨੌਜਵਾਨ ਇਹ ਸਵਾਲ ਕਰ ਰਹੇ ਸੀ ਕਿ ਸਾਨੂੰ ਲੀਡਰਸ਼ਿਪ ਨੇ ਇਕੱਲਿਆਂ ਛੱਡਤਾ, ਸਾਰੀ ਲੀਡਰਸ਼ਿਪ ਸ਼ੰਭੂ ਜਾ ਕੇ ਬੈਠ ਗਈ ਅਤੇ ਇੱਥੇ ਮਰਨ ਲਈ ਮੁੰਡਿਆਂ ਨੂੰ ਇਕੱਲਾ ਛੱਡਤਾ, ਇਹਦੇ ਬਾਰੇ ਕੀ ਕਹੋਗੇ? ਦੇਖੀ ਭਾਈ, ਮੁੰਡੇ ਸੱਚ ਹੀ ਬੋਲਦੇ ਹੋਣਗੇ, ਅਸੀਂ ਇਹੀ ਕਹਿੰਦੇ ਨਾ ਵੀ ਜਿੱਡਾ ਥੱਲੇ ਗਰਾਊਂਡ ਚਾਹੀਦਾ ਸੀ ਸਾਨੂੰ, ਜਿੰਨੇ ਆਗੂ ਚਾਹੀਦੇ ਸੀ, ਜਿੰਨੀਆਂ ਜਥੇਬੰਦੀਆਂ ਚਾਹੀਦੀਆਂ ਸੀ, ਉਹ ਤਿਆਰ ਨਹੀਂ ਕਰੀਆਂ ਆਪਾਂ ਕਾਹਲੀ ਕਰਕੇ ਉਦੋਂ ਸਾਰਾ ਇੱਧਰ ਆ। ਤੁਸੀਂ ਕਹਿੰਦੇ ਵੀ ਹੁਣ ਜੇ ਵੀ ਜੇ ਨਾ ਮੰਨੇ, ਅਸੀਂ ਕਹਿੰਦੇ ਜਿਹੜਾ ਏਕਤਾ ਵਾਲਾ ਪ੍ਰੋਸੈਸ ਵਧਾ ਕੇ ਫਿਰ ਜਾਬਰਾਂ ਨਾਲ ਮੱਥਾ ਲਾਇਆ ਜਾ ਸਕਦਾ, ਫਿਰ ਮੁੰਡੇ ਹੀ ਦੱਸੀ ਜਾਂਦੇ ਤੁਹਾਨੂੰ ਲੀਡਰਸ਼ਿਪ ਦੀ ਘਾਟ ਤਾਂ ਰਹੀ ਆ ਨਾ। ਤੁਹਾਨੂੰ ਲੱਗਦਾ ਉਹ ਪੂਰੀ ਤਿਆਰੀ ਨਹੀਂ ਹੋਈ, ਲੀਡਰਸ਼ਿਪ ਦੀ ਘਾਟ ਸੀ, ਇਸੇ ਕਰਕੇ ਨੁਕਸਾਨ ਹੋ ਗਿਆ ਕਿ ਡੱਲੇਵਾਲ ਕਾਹਲੀ ਕਰ ਗਏ ਅਤੇ ਇਕੱਲੇ ਆਪ ਮਹਾਰਤਾ ਜਿਹੜੀ ਉੱਥੇ ਫੈਲ ਗਈ, ਜੇ ਆਗੂ ਉੱਥੇ ਹੁੰਦੇ ਤਾਂ ਆਪ ਮਹਾਰਤਾ ਨਹੀਂ ਸੀ ਕੰਟਰੋਲ ਕੀਤਾ ਜਾ ਸਕਦਾ ਸੀ, ਅਤੇ ਆਗੂ ਹੁੰਦਾ ਅੱਗੋਂ ਉਹਨਾਂ ਨੂੰ ਹਦਾਇਤਾਂ ਦਿੰਦਾ ਤਾਂ ਕੰਟਰੋਲ ਹੋ ਜਾਂਦਾ ਸਾਰਾ। ਹਾਂ ਕੰਟਰੋਲ ਕਰੋ। ਸ਼ੁਕਰੀਆ, ਧੰਨਵਾਦ ਧਨੇਰ ਸਾਹਿਬ, ਤੁਸੀਂ ਸਮਾਂ ਦਿੱਤਾ। ਸੋ ਸਨ ਮਨਜੀਤ ਸਿੰਘ ਧਨੇਰ, ਜਿਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਬਹੁਤ ਸਾਰੀਆਂ ਕਮੇਟੀਆਂ ਬਣਦੀਆਂ ਰਹੀਆਂ ਡੱਲੇਵਾਲ ਦੇ ਨਾਲ ਗੱਲਬਾਤ ਕਰਨ ਦੇ ਲਈ, ਪਰ ਉਹ ਕਹਿੰਦੇ ਉਹ ਆਪ ਮੁਹਾਰੇ ਚੱਲਦੇ ਰਹੇ, ਉਹਨਾਂ ਦੀ ਹਉਮੈ ਵੱਡੀ ਆ, ਇਸ ਕਰਕੇ ਡੱਲੇਵਾਲ ਤਾਂ ਸਾਡੇ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰਦੇ ਰਹੇ, ਅਤੇ ਕਹਿੰਦੇ ਹੁਣ ਅਸੀਂ ਇੱਕ ਵਾਰ ਫਿਰ ਕੋਸ਼ਿਸ਼ ਕਰਾਂਗੇ, SKM ਨੇ 6 ਮੈਂਬਰੀ ਕਮੇਟੀ ਬਣਾਈ ਆ ਕਿ ਉਹ SKM ਨੋਨ ਪੋਲੀਟੀਕਲ ਆ ਜਿਹੜੀ, ਉਹਦੇ ਨਾਲ ਗੱਲਬਾਤ ਕਰੇ ਅਤੇ ਅੱਗੇ ਤੋਂ ਫਿਰ ਇੱਕਜੁੱਟ ਹੋ ਕੇ ਸੰਘਰਸ਼ ਲੜੀਏ। ਤੁਸੀਂ ਅੱਖਰ ਦੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।